ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਭ ਦਾ ਸਵਾਗਤ ਹੈ ਸੰਧੂ ਫੈਮਿਲੀ ਕਿਚਨ 'ਚ। ਅਤੇ ਅੱਜ ਮੈਂ ਜਾ ਰਹੀ ਹਾਂ ਭਰਵਾਂ ਬੈਂਗਣ ਬਣਾਉਣ, ਆਓ ਚੱਲੀਏ। ਅਤੇ ਜੀ ਸਾਡੇ ਬੈਂਗਣ ਇਸ ਤਰ੍ਹਾਂ ਦੇ ਨੇ, ਇਹ ਦੇਖ ਸਕਦੇ ਹੋ ਤੁਸੀਂ। ਇੱਕ ਬੈਂਗਣ ਹੋਰ ਕਲਰ ਦੇ ਆਉਂਦੇ ਨੇ ਜਿਨ੍ਹਾਂ ਦਾ ਪਰਪਲ ਜਿਹਾ ਕਲਰ ਹੁੰਦਾ, ਉਹ ਬੈਂਗਣ ਟੇਸਟੀ ਨਹੀਂ ਬਣਦੇ, ਠੀਕ ਹੈ ਜੀ। ਅਤੇ ਇਹਨੂੰ ਕੱਟ ਮੈਂ ਲਗਾਉਣ ਜਾ ਰਹੀ ਹਾਂ, ਦੇਖੋ ਇਸ ਤਰ੍ਹਾਂ ਕਰਕੇ, ਇਸ ਤਰ੍ਹਾਂ ਕੱਟਾਂਗੀ, ਇਸ ਤਰ੍ਹਾਂ ਕਰਕੇ ਚਾਰ ਹਿੱਸੇ ਹੋ ਗਏ, ਹੁਣ ਇਹਦੇ ਕਰਾਂਗੀ 8 ਹਿੱਸੇ, ਠੀਕ ਹੈ। ਫਿਰ ਇਹਨੂੰ ਹਰ ਇੱਕ ਹਿੱਸੇ ਨੂੰ ਕਰਾਂਗੇ ਚੈੱਕ ਇਸ ਤਰ੍ਹਾਂ ਕਰਕੇ ਕਿ ਕੋਈ ਕਾਣਾ ਨਾ ਹੋਏ, ਕੋਈ ਖਰਾਬ ਨਾ ਹੋਏ। 8 ਹਿੱਸੇ ਕਰਨ ਦਾ ਇੱਕ ਤਾਂ ਜਲਦੀ ਗਲ ਜਾਏਗਾ, ਮਸਾਲਾ ਅੱਛੀ ਤਰ੍ਹਾਂ ਭਰਿਆ ਜਾਏਗਾ, ਦੂਸਰਾ ਜਿਹੜਾ ਹੈਗਾ ਕਿ ਅੰਦਰੋਂ ਅਸੀਂ ਚੈੱਕ ਕਰ ਸਕਾਂਗੇ। ਇਹ ਦੇਖੋ ਆਰਾਮ ਨਾਲ 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 ਹੀ ਚੈੱਕ ਕਰਦੇ ਜਾਣਾ ਹੈ ਅਸੀਂ ਇਸੇ ਤਰ੍ਹਾਂ ਕਿ ਕੋਈ ਬੈਂਗਣ ਖਰਾਬ ਨਾ ਹੋਏ ਇਸ ਤਰ੍ਹਾਂ ਕਰਕੇ। ਹੁਣ ਇਹ ਬੜੀ ਜਲਦੀ ਗਲ ਜਾਣਗੇ ਕਿਉਂਕਿ ਇਹਦੇ ਹਿੱਸੇ ਹੋ ਗਏ ਨੇ ਜ਼ਿਆਦਾ ਅਤੇ ਮਸਾਲਾ ਪਏਗਾ ਜ਼ਿਆਦਾ। ਅਤੇ ਬਸ ਸਾਫ਼ ਹੈ ਬੈਂਗਣ ਮੇਰੇ ਬਿਲਕੁਲ, ਇਸ ਤਰ੍ਹਾਂ ਕਰਕੇ ਰੱਖਾਂਗੀ। ਅਤੇ ਹੁਣ ਮੈਂ ਦਿਖਾਉਂਦੀ ਹਾਂ ਤੁਹਾਨੂੰ ਕੀ ਮਸਾਲਾ ਪਏਗਾ ਔਰ ਕਿਸ ਤਰ੍ਹਾਂ ਭਰਨੇ ਨੇ ਅਸੀਂ। ਅਤੇ ਭਰਵਾਂ ਬੈਂਗਣ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ ਮਸਾਲਾ ਤਿਆਰ। ਸਭ ਤੋਂ ਪਹਿਲੇ ਪਾਇਆ ਨਮਕ, ਮੇਰੇ ਬੈਂਗਣ ਹੈਗੇ ਨੇ 1/2 ਕਿਲੋ, 3-4 ਆਲੂ ਨੇ, 2 ਪਿਆਜ਼, ਅਤੇ ਮੈਂ ਉਸੇ ਹਿਸਾਬ ਨਾਲ ਪਾਇਆ। ਤੁਸੀਂ ਆਪਣੀ ਸਬਜ਼ੀ ਦੀ ਕੁਆਂਟਿਟੀ ਦੇਖਣੀ ਹੈ ਕਿੰਨੀ ਹੈ। ਇੰਨੀਆਂ ਜੇ ਪਾਵਾਂਗੇ ਮਿਰਚਾਂ, ਬਹੁਤ ਤੇਜ਼ ਨੇ ਸਾਡੀਆਂ ਮਿਰਚਾਂ। ਹੁਣ ਪਾਵਾਂਗੇ ਜੀ ਇਹ ਧਨੀਆ, ਜੀਰਾ ਔਰ ਕਾਲੀ ਮਿਰਚ। ਜੋ ਬੜੇ ਕਮੈਂਟ ਆਉਂਦੇ ਆ ਜੀ ਤੁਸੀਂ ਧਨੀਆ ਪਾਊਡਰ ਨਹੀਂ ਪਾਇਆ, ਧਨੀਆ ਪਾਊਡਰ ਮੈਂ ਕਦੀ ਅਲੱਗ ਤੋਂ ਨਹੀਂ ਬਣਾ ਕੇ ਰੱਖਿਆ। ਤਿੰਨੋਂ ਚੀਜ਼ਾਂ ਮੇਰੀਆਂ ਮਿਕਸ ਹੁੰਦੀਆਂ ਕਿ ਹਰ ਸਬਜ਼ੀ 'ਚ ਇਹ ਤਾਂ ਪੈਂਦਾ ਹੀ ਪੈਂਦਾ ਕਿ ਧਨੀਆ, ਕਾਲੀ ਮਿਰਚ ਔਰ ਜੀਰਾ। ਅਤੇ ਹੁਣ ਦੇਖੋ ਜੀ ਇੱਕ ਚੁਟਕੀ ਪਾਵਾਂਗੀ ਅਜਵੈਣ ਦੀ, ਜਿਹੜੀ ਕਿ ਮੱਛੀ ਦਾ ਫਲੇਵਰ ਦੇਗੀ ਸਾਨੂੰ, ਠੀਕ ਹੈ ਜੀ। ਇੰਨਾ ਵਧੀਆ ਵਾਲਾ ਫਲੇਵਰ ਆਏਗਾ ਜਿਵੇਂ ਕਿ ਮੱਛੀ ਬਣਾਈ ਹੈ ਅਸੀਂ, ਠੀਕ ਹੈ ਜੀ। ਹੁਣ ਕਰਾਂਗੇ ਇਹਨਾਂ ਨੂੰ ਸਭ ਨੂੰ ਮਿਕਸ, ਠੀਕ ਹੈ। ਸਮਝ ਗਏ ਹੋ ਮਸਾਲਾ ਮੇਰਾ, ਧਨੀਆ, ਜੀਰਾ, ਕਾਲੀ ਮਿਰਚ, ਤਿੰਨੋਂ ਚੀਜ਼ਾਂ ਇੱਕੋ ਜਿਹੀਆਂ ਪਾਈਆਂ ਹੋਈਆਂ ਅਤੇ ਮਸਾਲਾ ਮੈਂ ਇਕੱਠਾ ਬਣਾ ਕੇ ਰੱਖਿਆ। ਭਰਵਾਂ ਸਬਜ਼ੀਆਂ 'ਚ ਸਭ 'ਚ ਇਹੀ ਪਏਗਾ ਜੋ ਵੀ ਬਣਾਵਾਂਗੇ, ਕਰੇਲੇ ਹੋਣ ਜਾਂ ਬੈਂਗਣ ਹੋਣ ਜਾਂ ਆਲੂ ਪਿਆਜ਼ ਜੋ ਵੀ ਹੋਏ, ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਜੀ ਭਰਾਂਗੇ ਅਸੀਂ ਬੈਂਗਣ ਅਤੇ ਮਸਾਲਾ ਪਾਵਾਂਗੇ ਥੋੜ੍ਹਾ ਥੋੜ੍ਹਾ ਕਿਉਂਕਿ ਇਹ ਬੈਂਗਣ ਹੈਗੇ ਨੇ ਬਹੁਤ ਛੋਟੇ, ਠੀਕ ਹੈ ਜੀ। ਇਹਨਾਂ 'ਚ ਮਸਾਲਾ ਵੀ ਥੋੜ੍ਹਾ ਹੀ ਪਏਗਾ ਇਸ ਤਰ੍ਹਾਂ ਕਰਕੇ, ਬਾਕੀ ਤੁਸੀਂ ਛੰਡ ਲੈਣਾ, ਠੀਕ ਹੈ ਇਸ ਤਰ੍ਹਾਂ ਕਰਕੇ। ਹੁਣ ਤੇਲ ਸਾਡਾ ਹੋ ਚੱਲਿਆ ਗਰਮ ਅਤੇ ਤੇਲ ਦੇਖੋ ਮੈਂ ਹਾਲੇ ਬਹੁਤ ਘੱਟ ਆਪਣੇ ਵੱਲੋਂ ਪਾਇਆ, ਫਿਰ ਵੀ ਤੇਲ ਇੰਨਾ ਕੁ ਹੈਗਾ ਹੈ ਅਤੇ ਤੁਸੀਂ ਆਪਣੀ ਮਰਜ਼ੀ ਨਾਲ ਪਾਉਣਾ। ਅਤੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜੇ ਜ਼ਿਆਦਾ ਵਾਲੇ ਤੇਲ 'ਚ ਫਰਾਈ ਕਰ ਰਹੇ ਹਾਂ ਚੀਜ਼ ਜਾਂ ਕੋਈ ਸਬਜ਼ੀ ਬਣਾ ਰਹੇ ਹਾਂ ਅਤੇ ਅਸੀਂ ਨਾਲ ਉਹਨਾਂ ਤੇਲ ਖਾਣਾ ਹੈ, ਤੇਲ ਦੇ ਨੀਚੇ ਬੈਠ ਹੀ ਜਾਣਾ, ਸਬਜ਼ੀਆਂ ਉੱਪਰੋਂ ਉੱਪਰੋਂ ਪਾਓ ਤੁਸੀਂ ਜਿਨ੍ਹਾਂ ਨੂੰ ਤੇਲ ਘਿਓ ਘੱਟ ਖਾਣਾ ਹੈ। ਅਤੇ ਮੈਂ ਬਣਾ ਰਹੀ ਹਾਂ ਸਰ੍ਹੋਂ ਦੇ ਤੇਲ ਵਿੱਚ, ਠੀਕ ਹੈ ਜੀ। ਅਤੇ ਬੈਂਗਣ ਬਣਨਗੇ ਇੰਨੇ ਸਵਾਦ ਵਾਲੇ, ਕਈ ਲੋਕ ਅਮਚੂਰ ਪਾਉਂਦੇ ਹੈ, ਤੁਸੀਂ ਪਾ ਸਕਦੇ ਹੋ, ਮੈਂ ਤਾਂ ਜ਼ਿਆਦਾ ਕਰਾਰੇ ਖਾਣੇ ਹੁੰਦੇ ਆ ਨਾ ਇਸ ਕਰਕੇ ਅਮਚੂਰ ਨਹੀਂ ਪਾਉਂਦੀ। ਔਰ ਇਹਦੇ 'ਚ ਹਲਦੀ ਵੀ ਨਹੀਂ ਪਾਉਂਦੀ, ਹਲਦੀ ਇਹਦੇ 'ਚ ਅੱਛੀ ਨਹੀਂ ਲੱਗਦੀ ਭਰਵਾਂ ਸਬਜ਼ੀ 'ਚ। ਅਤੇ ਹੁਣ ਮੈਂ ਕਰ ਦਾਂਗੀ ਫਲੇਮ ਜਿਹੜਾ ਸਿਮ, ਕਿਉਂਕਿ ਤੇਲ ਮੇਰਾ ਹੋ ਗਿਆ ਗਰਮ, ਤੇ ਦੇਖੋ ਜੀ ਠੀਕ ਹੈ। ਅਤੇ ਬੈਂਗਣ ਵੀ ਮੇਰੇ ਭਰੇ ਗਏ ਨੇ, ਤੁਸੀਂ ਦੇਖ ਹੀ ਲੈਣਾ ਕਿ ਇੰਨੀ ਕੁ ਸਪੀਡ 'ਤੇ ਹੋਣੀ ਚਾਹੀਦੀ ਹੈ ਨਾ, ਜਿੰਨੀ ਕੁ ਆਂਟੀ ਦੀ ਹੈਗੀ ਹੈ, ਤੁਹਾਡੀ ਤਾਂ ਜ਼ਿਆਦਾ ਹੋਏਗੀ, ਤੁਸੀਂ ਹੈਗੇ ਹੋ ਯੰਗ ਅਤੇ ਆਂਟੀ ਹੈਗੀ ਹੈ ਬੁੱਢੀ ਹੋਈ ਹੋਈ, ਠੀਕ ਹੈ। ਅਤੇ ਆਂਟੀ ਦੀ ਸਪੀਡ ਥੋੜ੍ਹੀ ਘੱਟ ਹੋ ਗਈ ਹੈ, ਪਹਿਲੇ ਬਹੁਤ ਜ਼ਿਆਦਾ ਹੁੰਦੇ ਸੀ। ਅਤੇ ਦੇਖੋ ਆਲੂਆਂ ਦੇ ਵੀ ਕੱਟ ਅਸੀਂ ਇੱਦਾਂ ਹੀ ਲਗਾਵਾਂਗੇ,
ਜਿੰਨੇ ਜਿੰਨੇ ਕਿ ਬੈਂਗਣਾਂ ਦੇ ਲਗਾਏ ਨੇ। ਅਤੇ ਹੁਣ ਕੀ ਕਰਾਂਗੇ, ਸਭ ਤੋਂ ਪਹਿਲੇ ਪਾਵਾਂਗੇ ਆਲੂ। ਉਹ ਇਸ ਕਰਕੇ ਕਿ ਜਿਹੜੇ ਆਲੂ ਨੇ ਨਾ, ਇਹਨਾਂ ਨੂੰ ਥੋੜ੍ਹਾ ਟਾਈਮ ਲੱਗਦਾ ਜ਼ਿਆਦਾ, ਠੀਕ ਹੈ ਜੀ। ਆਲੂ ਨਾਲ ਨਾਲ ਹੀ ਭਰਾਂਗੇ, ਨਾਲ ਨਾਲ ਹੀ ਪਾ ਦਾਂਗੇ। ਬੈਂਗਣਾਂ ਨੂੰ ਟਾਈਮ ਲੱਗਣਾ ਨਹੀਂ ਹੈ, ਆਲੂਆਂ ਨੂੰ ਲੱਗਦਾ ਥੋੜ੍ਹਾ ਜਿਹਾ, ਬੈਂਗਣਾਂ ਤੋਂ ਜ਼ਿਆਦਾ ਵੈਸੇ ਕੋਈ ਟਾਈਮ ਨਹੀਂ ਲੱਗਣਾ ਹੈਗਾ, ਦੇਖਦੇ ਰਹਿਣਾ ਤੁਸੀਂ। ਇਕੁਅਲ ਟਾਈਮ 'ਤੇ ਹੀ ਹੋ ਜਾਣਗੇ ਸਾਡੇ ਆਲੂ ਔਰ ਬੈਂਗਣ, ਠੀਕ ਹੈ ਜੀ। ਇਸ ਤਰ੍ਹਾਂ ਕਰੋ, ਕੱਟ ਲਗਾਓ ਔਰ ਇਹਨੂੰ ਦਿਓ ਭਾਰ। ਇਹਨੂੰ ਮੈਂ ਪਲਟਾ ਰਿਹਾ ਕਿ ਥੋੜ੍ਹਾ ਜ਼ਿਆਦਾ ਵੀ ਨਾ ਹੋ ਜਾਏ। ਆਲੂ ਤਾਂ ਚੰਗੀ ਤਰ੍ਹਾਂ ਲਾਲ ਕਿੱਤੇ ਹੋਣਗੇ ਤਾਂ ਹੀ ਅੱਛੇ ਲੱਗਣਗੇ ਵੈਸੇ, ਠੀਕ ਹੈ ਜੀ। ਹੁਣ ਪਾਉਣ ਜਾ ਰਹੀ ਹਾਂ ਇਹਦੇ 'ਚ ਵੀ ਮਸਾਲਾ, ਮੈਂ ਇਸੇ ਤਰ੍ਹਾਂ ਉਂਗਲੀ ਰੱਖਣੀ ਹੈ, ਨਹੀਂ ਤਾਂ ਤੁਹਾਡਾ ਆਲੂ ਜਾਏਗਾ ਟੁੱਟ। ਜਿਸ ਤਰ੍ਹਾਂ ਇੱਕ ਫਾੜੀ ਮੇਰੀ ਵੀ ਟੁੱਟ ਗਈ ਸੀ, ਕਿਉਂਕਿ ਮਸਾਲਾ ਭਰਨ ਲੱਗਿਆ ਇਸ ਤਰ੍ਹਾਂ ਕਰਨਾ ਹੀ ਪਏਗਾ ਸਾਨੂੰ, ਠੀਕ ਹੈ ਜੀ। ਲਓ ਜੀ, ਨਾਲ ਨਾਲ ਹੀ ਪਾਈ ਜਾਵਾਂਗੇ, ਨਾਲ ਨਾਲ ਹੀ ਕੱਟੀ ਜਾਵਾਂਗੇ। ਅਤੇ ਕੱਟ ਥੋੜ੍ਹੇ ਜ਼ਿਆਦਾ ਹੀ ਲਗਾਓਗੇ ਤਾਂ ਜਲਦੀ ਸਬਜ਼ੀ ਗਲ ਜਾਏਗੀ, ਅਤੇ ਨਾਲੇ ਜਾਏਗਾ ਮਸਾਲਾ ਚੰਗੀ ਤਰ੍ਹਾਂ ਪੈ ਵਿੱਚ। ਦੇਖੋ ਜੀ, ਨਾਲ ਨਾਲ ਹੀ ਪਾਉਂਦੀ ਜਾਵਾਂਗੀ ਸਬਜ਼ੀ, ਨਾ ਬੈਂਗਣ ਵੀ ਨਾਲ ਹੀ ਪਾਉਣਾ ਕਿ ਤੇਲ ਜਿਹੜਾ ਜ਼ਿਆਦਾ ਨਾ ਹੋ ਜਾਏ ਮੇਰਾ ਗਰਮ। ਅਤੇ ਲਓ ਜੀ, ਨਾਲ ਨਾਲ ਤੇਲ ਹੈ ਬੈਂਗਣ, ਨਾਲ ਹੀ ਪੈ ਗਏ ਨੇ ਆਲੂ। ਹੁਣ ਨਾਲ ਹੀ ਪਾਵਾਂਗੀ 5 ਮਿੰਟ ਬਾਅਦ ਪਿਆਜ਼। ਪਿਆਜ਼ ਦਾ ਕੱਟ ਅਸੀਂ ਇਸ ਤਰ੍ਹਾਂ ਲਗਾਵਾਂਗੇ ਕਿਉਂਕਿ ਮਸਾਲਾ ਜਾਏ ਜ਼ਿਆਦਾ ਪੈ ਇਹਦੇ ਵਿੱਚ, ਠੀਕ ਹੈ ਜੀ। ਅਤੇ ਪਿਆਜ਼ ਵੀ ਪਾ ਦਿਆਂਗੇ ਨਾਲ ਹੀ, ਇਸੇ ਤਰ੍ਹਾਂ ਕੱਟ ਲਗਾਵਾਂਗੇ। ਦੇਖੋ ਇਸ ਤਰ੍ਹਾਂ ਪਕੜਨਾ ਹੈ, ਸੈਂਟਰ ਤੋਂ ਕੱਟ ਲਗਾਉਣਾ ਹੈ ਜਿਸ ਤਰ੍ਹਾਂ ਟੀਂਡੇ ਦਿਖਾਏ ਸੀ, ਠੀਕ ਹੈ ਜੀ। ਛੁਰੀ ਨੂੰ ਕੱਢਿਆ, ਉਂਗਲੀ ਵਿੱਚ ਰੱਖੀ, ਮਸਾਲਾ ਗਿਆ ਪਿਆਜ਼ ਦੇ ਅੰਦਰ, ਠੀਕ ਹੈ ਜੀ। ਲਓ ਜੀ, ਹੁਣ ਇਹ ਸਬਜ਼ੀ ਜਿਹੜੀ ਹੈ ਨਾ, ਕਿਆ ਕਮਾਲ ਦੀ ਬਣਨ ਵਾਲੀ ਹੈ। ਆਲੂ, ਪਿਆਜ਼, ਬੈਂਗਣ, ਠੀਕ ਹੈ, ਬਣਾਉਣਾ ਜ਼ਰੂਰ। ਔਰ ਬੈਂਗਣ ਲੈਣਾ ਇਸੇ ਕਲਰ ਦੇ, ਜਿਹੜੇ ਪਰਪਲ ਕਲਰ ਦੇ, ਉਹਦੇ ਮੈਂ ਕੋਈ ਗਰੰਟੀ ਨਹੀਂ ਦੇ ਰਹੀ ਕਿ ਉਹ ਨਾ ਟੇਸਟੀ ਨਹੀਂ ਹੁੰਦਾ ਬਿਲਕੁਲ, ਵਿੱਚੋਂ ਫਿੱਕੇ ਫਿੱਕੇ ਦੇ ਨਿਕਲਦੇ ਆ। ਜੇ ਸਬਜ਼ੀ ਦਾ ਆਪਣਾ ਟੇਸਟ ਨਹੀਂ ਹੈ ਤਾਂ ਸਬਜ਼ੀ ਬਣ ਨਹੀਂ ਸਕਦੀ। ਅਤੇ ਦੇਖੋ ਜੀ, ਸਬਜ਼ੀ ਮੇਰੀ ਸਾਰੀ ਪੈ ਚੁੱਕੀ ਹੈ, ਆਲੂ, ਪਿਆਜ਼, ਬੈਂਗਣ, ਸਭ ਕੁਛ। ਹੁਣ ਕੀ ਕਰਾਂਗੀ, ਥੋੜ੍ਹੀ ਦੇਰ ਵਾਸਤੇ ਇਹਨੂੰ ਢੱਕਾਂਗੀ। ਅਤੇ ਸੇਕ ਜਿਹੜਾ ਹੈਗਾ ਮੀਡੀਅਮ ਰੱਖਿਆ ਮੈਂ, ਠੀਕ ਹੈ ਜੀ। ਅਤੇ ਕੋਲ ਹੀ ਖੜ੍ਹੇ ਰਹਿਣਾ, ਕਦੀ ਘੱਟ ਕਰਨਾ ਹੈ ਸੇਕ, ਕਦੀ ਤੇਜ਼ ਕਰਨਾ, ਠੀਕ ਹੈ ਜੀ। ਅਤੇ ਇੱਕ ਮੈਡਮ ਦਾ ਕਮੈਂਟ ਸੀ ਨੀਲਮ ਜੀ UK ਤੋਂ, ਜਿਹੜੇ ਕਹਿ ਰਹੇ ਆਂਟੀ ਜੀ ਮੈਨੂੰ ਬਹੁਤ ਪਸੰਦ ਆਉਂਦੀ ਹੈ ਤੁਹਾਡੀ ਰੈਸਪੀ। ਅਤੇ ਮੈਂ ਉਹਨਾਂ ਦਾ ਕਮੈਂਟ ਹਰ ਰੈਸਪੀ 'ਤੇ ਹੁੰਦਾ ਵੈਸੇ, ਉਹਨਾਂ ਨੂੰ ਬਹੁਤ ਪਸੰਦ ਆਉਂਦੀ ਹੈ। ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ, ਬਣਾ ਕੇ ਦੇਖਿਆ ਕਰੋ, ਖਾ ਕੇ ਦੱਸਿਆ ਕਰੋ ਕਿ ਕਿਵੇਂ ਦੀ ਬਣੀ। ਅਤੇ ਜ਼ਰੂਰ ਗੱਲ ਕਰਾਂਗੀ ਮੈਂ ਤੁਹਾਡੇ ਨਾਲ, ਤੁਸੀਂ ਕਹਿ ਕੇ ਗੱਲ ਕਰਨਾ ਮੈਂ ਜ਼ਰੂਰ ਕਰਾਂਗੀ। ਅਤੇ ਜਿਵੇਂ ਮੈਂ ਕਿਹਾ ਨਾ ਤੁਹਾਨੂੰ ਕਿ ਇੱਕ ਦੋ ਵਾਰੀ ਵਿੱਚ ਦੇਖਣੀ ਹੈ ਸਬਜ਼ੀ, ਅਸੀਂ ਸੇਕ ਹੀ ਜ਼ਿਆਦਾ ਘੱਟ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਬਸ ਸਬਜ਼ੀ ਗਲ ਜਾਂਦੀ ਹੈ ਸਾਡੀ। 2 ਮਿੰਟ ਹੋਰ ਲੱਗਣਗੇ। ਅਤੇ ਬਹੁਤ ਆਸਾਨ ਤਰੀਕਾ, ਕੋਈ ਮਸਾਲਾ ਕੱਟਣਾ ਨਹੀਂ, ਵੱਢਣਾ ਨਹੀਂ, ਕੁਛ ਨਹੀਂ ਕਰਨਾ, ਅਤੇ ਬਹੁਤ ਜਲਦੀ ਬਣਦੀ ਹੈ ਦੇਖੋ। ਔਰ ਬੈਂਗਣ ਤਾਂ ਤੁਸੀਂ 2-3 ਦਿਨ ਵੀ ਖਾਓ, ਖਰਾਬ ਨਹੀਂ ਹੋਣੇ, ਕੁਛ ਨਹੀਂ ਹੋਣਾ, ਕਿਉਂਕਿ ਨਾ ਤਾਂ ਇਹਦੇ 'ਚ ਕੋਈ ਪਾਣੀ ਪਿਆ ਹੈ ਅਤੇ ਨਾ ਹੀ ਪਿਆ ਹੈ ਕੋਈ ਇਹੋ ਜਿਹਾ ਮਸਾਲਾ, ਨਾ ਕੋਈ ਟਮਾਟਰ, ਨਾ ਪਿਆਜ਼, ਨਾ ਕੁਛ। ਜਿਹੜੇ ਪਿਆਜ਼ ਪਾਏ ਨੇ ਉਹ ਵੀ ਅਸੀਂ ਐਵੇਂ ਹੀ ਖਾਣੇ ਨੇ, ਠੀਕ ਹੈ ਜੀ। ਸਬਜ਼ੀ ਬਣਦੀ ਹੈ ਬਹੁਤ ਟੇਸਟੀ, ਬਣਾ ਕੇ ਜ਼ਰੂਰ ਦੇਖਣਾ। ਅਤੇ ਹੁਣ ਇਹ ਬਣ ਜਾਂਦੀ ਹੈ, ਇੱਕ ਵਾਰੀ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿਹੋ ਜਿਹੇ ਬਣੇ ਮੇਰੇ ਆਲੂ, ਬੈਂਗਣ, ਪਿਆਜ਼। ਅਤੇ ਦੇਖੋ ਜੀ, ਬੈਂਗਣ ਸਾਡੇ ਫਸਟ ਕਲਾਸ ਵਾਲੇ ਗਲ ਚੁੱਕੇ ਨੇ,
ਆਲੂ ਵੀ ਗਲ ਚੁੱਕੇ ਨੇ, ਬੈਂਗਣ ਵੀ ਗਲ ਚੁੱਕੇ ਨੇ, ਵਧੀਆ ਹੋ ਗਏ ਨੇ ਤਿਆਰ। ਅਤੇ ਹੁਣ ਪਾ ਕੇ ਦਿਖਾਉਂਦੀ ਆ ਤੁਹਾਨੂੰ ਡੋਂਗੇ। ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਸੀ, ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਇੱਕ ਪੇਜ ਹੋਰ ਚੱਲ ਰਿਹਾ ਸਾਡਾ ਸੰਧੂ ਫੈਮਲੀ ਬਲੌਗ ਇੰਡੀਆ, ਉਹਦੇ 'ਤੇ ਜਾ ਕੇ ਜ਼ਰੂਰ ਦੇਖੋ ਆਂਟੀ ਦੀਆਂ ਕਿਹੋ ਜਿਹੀਆਂ ਵੀਡੀਓ ਪਈਆਂ ਨੇ। ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਪਸੰਦ ਆਈਆਂ ਸਾਡੀਆਂ ਸਟੋਰੀਆਂ, ਜ਼ਰੂਰ ਦੇਖਣਾ। ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਅੱਜ ਹੀ ਫੋਲੋ ਕਰ ਲੈਣਾ, ਅਤੇ ਫਿਰ ਮੈਂ ਦੇਖਦੀ ਹਾਂ ਕਿੰਨੇ ਫੋਲੋਵਰਸ ਵੱਧਦੇ ਨੇ ਔਰ ਕਿੰਨੇ ਕਿੰਨੇ ਫੋਲੋ ਕੀਤਾ। ਠੀਕ ਹੈ ਜੀ, ਲਾਈਵ ਆ ਕੇ ਵੀ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਅਤੇ ਦੇਖਾਂਗੀ ਪੇਜ ਕਿੰਨੇ ਕਿੰਨੇ ਫੋਲੋ ਕੀਤਾ, ਅਤੇ ਜ਼ਰੂਰ ਕਰ ਲੈਣਾ, ਜ਼ਰੂਰ ਦੇਖਣਾ। ਇੱਕ ਵਾਰੀ ਨਾਮ ਫਿਰ ਦੱਸਦਾ, ਸੰਧੂ ਫੈਮਲੀ ਬਲੌਗ ਇੰਡੀਆ। ਠੀਕ ਹੈ ਜੀ, ਜ਼ਰੂਰ ਦੇਖੋ। ਅਤੇ ਮੈਂ ਹੁਣ ਤੁਹਾਨੂੰ ਸ਼ੋਅ ਕਰਦੀ ਹਾਂ ਡੋਂਗੇ ਪਾਸ। ਅਤੇ ਦੇਖੋ ਜੀ, ਸਬਜ਼ੀ ਸਾਡੀ ਹੋ ਗਈ ਹੈ ਫਸਟ ਕਲਾਸ ਤਿਆਰ, ਆਲੂ ਪਿਆਜ਼ ਔਰ ਬੈਂਗਣ ਭਰਮਾਂ ਵਾਲੇ। ਅਤੇ ਤੁਸੀਂ ਵੀ ਬਣਾ ਕੇ ਜ਼ਰੂਰ ਦੱਸਣਾ ਮੈਨੂੰ ਕਿ ਤੁਹਾਡੀ ਸਬਜ਼ੀ ਕਿਵੇਂ ਦੀ ਬਣੀ ਔਰ ਕਿੰਨੂ ਕਿੰਨੂ ਆਈ ਹੈ ਸਬਜ਼ੀ ਪਸੰਦ। ਅਤੇ ਵੀਡੀਓ ਨੂੰ ਕਰਨਾ ਜੀ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ, ਕਿਉਂਕਿ ਇਹ ਸਬਜ਼ੀ ਸਭ ਲੋਕ ਟੇਸਟ ਕਰਕੇ ਜ਼ਰੂਰ ਦੇਖਣ, ਅਤੇ ਦੇਖਣ ਕਿੰਨੀ ਸਵਾਦ ਬਣਦੀ ਹੈ ਭਰਮਾਂ ਸਬਜ਼ੀ। ਅਤੇ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਬਹੁਤ ਜਲਦੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।